ਸੌਦਾ ਨੋਟ ਦੀ ਗੱਲ ਇਹ ਹੈ ਬਈ ਕੁਦਰਤ ਦਾ ਇੱਕ ਅਸੂਲ ਹੈ ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ ਖੇਤਾਂ ਵਿੱਚ ਜਾਂਦੇ ਆ ਤਾਂ ਕਿਸੇ ਦਰਖਤ ਦੇ ਉੱਤੇ ਜਦ ਕਿਸੇ ਪੰਛੀ ਨੇ ਆਲਣਾ ਪਾਇਆ ਹੁੰਦਾ ਜਦੋਂ ਉਸ ਪੰਛੀ ਦੇ ਬੋਟ ਦੇ ਖੰਭ ਨਿਕਲਦੇ ਨੇ ਤਾਂ ਦੂਜੀਆਂ ਪੰਛੀਆਂ ਵਾਂਗੂ ਉਡਾਰੀ ਮਾਰਨਾ ਚਾਹੁੰਦਾ ਹੁੰਦਾ ਇੱਕ ਟਾਣੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਇਵੇਂ ਜਿਵੇਂ ਇਨਸਾਨੀ ਸੁਭਾਅ ਹੈ ਧੰਨਵਾਦ ਜੀ ਇਨਸਾਨੀ ਸੁਭਾਅ ਹੈ ਜਦੋਂ ਕੋਈ ਗੱਭਰੂ 16ਵੇਂ 17ਵੇਂ 'ਚ ਪੈਰ ਰੱਖਦਾ ਉਦੋਂ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਦਰਾਂ 'ਚ ਆ ਕੇ ਖੜਦਾ ਹੁੰਦਾ ਉਹਨੂੰ ਕੋਈ ਨਹੀਂ ਕਹਿੰਦਾ ਹੁੰਦਾ ਇੱਥੇ ਆ ਕੇ ਖੜ ਜਾ ਪਰ ਕੁਦਰਤੀ ਗੱਲ ਹੈ ਉਹਦਾ ਅੰਦਰ ਬੈਠਦਾ ਜੀ ਨਹੀਂ ਲੱਗਦਾ ਉੱਥੇ ਆ ਕੇ ਖੜਦਾ ਹੁੰਦਾ ਲਓ ਸੁਣਨਾ ਗੌਰ ਨਾਲ ਇੱਕ ਗੱਭਰੂ ਦੁਨੀਆ ਦੇਖਣੀ ਚਾਹੁੰਦਾ ਇੱਧਰ ਉੱਧਰ ਫਿਰ ਤੁਰ ਕੇ ਪਰ ਭਰਜਾਈ ਉਹਨੂੰ ਬਾਹਰ ਜਾਣ ਨਹੀਂ ਦਿੰਦੀ ਸੋਹਣਾ ਸੁਨੱਖਾ ਬਹੁਤ ਹੈ ਜ਼ਿੰਦਗੀ ਦੇ ਉਸ ਮੋੜ ਤੇ ਖੜਾ ਜਿੱਥੇ ਤਿਲਕਣਬਾਜੀ ਬੜੀ ਹੁੰਦੀ ਹੈ ਤੇ ਉਹ ਜਾਣ ਨਹੀਂ ਦਿੰਦੀ ਖੇਤੋਂ ਘਰ ਕਰੋ ਖੇਤ ਬਸ ਇੱਦੂ ਕਹਾ ਕਿਤੇ ਜਾਣ ਨਹੀਂ ਦਿੰਦੀ ਹੈ ਲਓ ਇੱਕ ਵਾਰੀ ਉਹਨੇ ਦੇਖਿਆ ਵੀ ਬਾਈ ਕਰਨੀ ਹੈ ਕੱਲੀ ਭਰਜਾਈ ਹੈ ਭਰਜਾਈ ਦੇ ਗਲ ਪੈ ਗਿਆ ਕਹਿੰਦਾ ਮੈਨੂੰ ਪੈਸੇ ਦੇ 100 ਰੁਪਇਆ ਕੱਢ ਕੇ ਤਾਂ ਕਿ ਮੈਂ ਇੱਧਰ ਜੀ ਹਾਂਜੀ 100 ਰੁਪਇਆ ਕੱਢ ਕੇ ਦੇ ਤਾਂ ਕਿ ਮੈਂ ਸ਼ਹਿਰੋਂ ਸੌਦਾ ਪੱਤਾ ਲੈ ਕੇ ਆਵਾਂ ਪਿੰਡਾਂ ਦੇ ਆਮ ਲੋਕ ਲੈ ਆਉਂਦੇ ਨੇ ਭਾਈ ਸ਼ਹਿਰੋਂ ਕੋਈ ਤੇਲ ਕੋਈ ਸਾਬਣ ਕੋਈ ਇਹੋ ਜਿਹਾ ਚੀਨੀ ਵਗੈਰਾ ਉਹ ਕਹਿੰਦੀ ਇਹ ਕੰਮ ਤੇਰੇ ਬਾਈ ਦਾ ਹੈ ਇਹ ਕੰਮ ਤੇਰੇ ਬਾਈ ਦਾ ਹੈ ਉਹ ਆਪ ਲੈ ਕੇ ਆਊਗਾ ਤੂੰ ਖੇਤ ਵੱਲ ਚੱਕਰ ਮਾਰਿਆ ਉੱਥੇ ਮੁੰਡੇ ਕੌਡੀ ਕੁੱਡੀ ਖੇਡਦੇ ਹੋਣਗੇ ਜਾ ਕੇ ਤੂੰ ਵੀ ਖੇਡਿਆ ਇੰਨੀ ਗੱਲ ਸੁਣ ਕੇ ਭਰਜਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਕੌਡੀ ਖੇਡਿਆ ਤੂੰ ਤਾਂ ਮੈਨੂੰ ਗੱਭਰੂ ਨਹੀਂ ਹੋਣ ਦਿੰਦੀ ਉਹ ਕਹਿੰਦੀ ਫਿਟੇ ਮੂੰਹ ਮੈਂ ਤੇਰੇ ਗੱਭਰੂ ਹੋਣ 'ਚ ਕੀ ਬ੍ਰੇਕਾਂ ਲਾਈਆਂ ਹੋਈਆਂ ਨੇ ਹੋਈ ਜਾ ਗੱਭਰੂ ਕੌਣ ਰੋਕਦਾ ਹੁੰਦਾ ਕਿਸੇ ਨੂੰ ਕਹਿੰਦਾ ਨਹੀਂ ਮੇਰਾ ਮਤਬਲ ਤਾਂ ਇਹ ਹੈ ਜੇ ਤੂੰ ਮੈਨੂੰ ਕੋਈ ਚੱਜ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੋ ਕੋਈ ਜ਼ਿੰਮੇਵਾਰੀ ਸੌਂਪੇ ਉਹ ਭੁਗਤਾ ਕੇ ਦਿਖਾਵਾਂ ਤਾਂ ਹੀ ਲੋਕ ਗੱਲਾਂ ਕਰਨਗੇ ਵੀ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ ਜਵਾਨ ਹੋ ਗਿਆ ਜ਼ਿੰਮੇਵਾਰ ਹੋ ਗਿਆ ਹੁਣ ਤਾਂ ਵਿਆਹ ਤੇ ਮੁਕਲਾਬ ਬਣਾਉਣ ਦੇ ਕਾਬਲ ਹੋ ਗਿਆ ਤੂੰ ਤਾਂ ਰੋਜ਼ ਹੀ ਸਵੇਰੇ ਉੱਠ ਕੇ ਕਹਿੰਦੀ ਜਾਂ ਖੇਤ ਵੱਲ ਚੱਕਰ ਮਾਰਿਆ ਜਾਂ ਕੌਡੀ ਖੇਡਿਆ ਜਾਂ ਕੌਡੀ ਖੇਡਿਆ ਜਾਂ ਖੇਤ ਵੱਲ ਚੱਕਰ ਮਾਰਿਆ ਇਹ ਵੀ ਕੋਈ ਕੰਮ ਤੋਂ ਕੰਮ ਹੈ ਉਹ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਹਾਂ ਤੂੰ ਕਦੇ ਸ਼ਹਿਰ ਕੱਲਾ ਗਿਆ ਨਹੀਂ ਸ਼ਹਿਰ 'ਚ ਬੜਾ ਭੀੜ ਭੜੱਕਾ ਹੁੰਦਾ ਜੇਬ ਕਿਤਰੇ ਤੁਰੇ ਫਿਰਦੇ ਹੁੰਦੇ ਨੇ ਔਟਲ ਜਾਵੇਗਾ ਜੇਬ ਕਟਾ ਜਾਵੇਗਾ ਪੈਸੇ ਗਵਾ ਜਾਣਗੇ ਜੇ ਤਾਂ ਸ਼ਹਿਰ ਜਾਣਾ ਹੀ ਹੈ ਆਪਣੇ ਬਾਈ ਜੀ ਨਾਲ ਚਲੇ ਜਾਈ ਬਾਈ ਜੀ ਨਾਲ ਉਹ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹਦੇ ਹਾਣ ਦੇ ਨੇ ਦੱਸਿਆ ਹੋਇਆ ਵੀ ਸ਼ਹਿਰ 'ਚ ਇਕੱਲੇ ਹੀ ਜਾਈਦਾ ਉੱਥੇ ਬੜੀਆਂ ਵਨ ਸੁਵੰਨੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਨੇ ਘਾਟਾ ਘਰ ਕੋਲੇ ਖੜੋ ਕੌਣ ਮਿਲਦਾ ਹੁੰਦਾ ਬਾਜ਼ਾਰ 'ਚ ਬੜੋ ਕੌਣ ਮਿਲਦਾ ਹੁੰਦਾ ਕਾਲਜ ਮੂਹਰੇ ਜਾ ਕੇ ਖੜ ਜਾਓ ਫਿਰ ਕੌਣ ਮਿਲਦਾ ਹੁੰਦਾ ਜੇ ਭੁੱਲ ਭੁਲੇ ਕੇ ਥਾਣੇ ਮੂਹਰੇ ਜਾ ਖੜੋ ਫਿਰ ਕੀ ਮਿਲਦਾ ਹੁੰਦਾ ਹੈ ਸਾਰਾ ਕੁਝ ਦੱਸਿਆ ਹੋਇਆ ਉਹ ਜਦੋਂ ਨਾ ਹੀ ਹਟਿਆ ਭਰਜਾਈ ਨੂੰ ਆਇਆ ਗੁੱਸਾ ਉਹਨੇ 100 ਰੁਪਏ ਕੱਢ ਕੇ ਮੂੰਹ ਤੇ ਮਾਰਿਆ ਕਹਿੰਦੀ ਜਾ ਚਲੇ ਜਾ ਲੈ ਕੇ 100 ਰੁਪਏ ਚਾਈ ਚਾਈ ਸ਼ਹਿਰ ਨੂੰ ਉੱਠ ਗਿਆ ਆਥਣਵੇਂ ਨਹੀਂ ਵਾਲੇ ਖੇਤ 'ਚੋਂ ਭਰਜਾਈ ਜਦੋਂ ਸਾਗ ਤੋੜਨ ਵਾਸਤੇ ਗਈ ਤਾਂ ਦੂਰੋਂ ਇਕੱਲਾ ਹੀ ਤੁਰਿਆ ਹੁੰਦਾ ਦੇਖ ਕੇ ਭਰਜਾਈ ਨੇ ਪਛਾਣ ਲਿਆ ਵੀ ਹੈ ਤਾਂ ਸਾਡਾ ਹੀ ਪਾਉਂਦੂ ਪਰ ਇਹ ਤੁਰਿਆ ਕਿਉਂ ਹੁੰਦਾ ਘਰੋਂ ਤਾਂ ਪੈਸੇ ਲੈ ਕੇ ਗਿਆ ਸੀ ਅੱਜ ਕੱਲ੍ਹ ਜਿਹਦੀ ਜੇਬ 'ਚ ਪੈਸੇ ਨੇ ਤੁਰਦਾ ਕਿੱਥੇ ਆ ਗੱਡੀ ਮੋਟਰ ਟਾਂਗਾ ਰਿਕਸ਼ਾ 100 ਸਵਾਰੀਆਂ ਨੇ ਅੱਜ ਕੱਲ੍ਹ ਤਾਂ ਘੜੋਕੇ ਜੇ ਬੜੇ ਚੱਲਦੇ ਨੇ ਟੁੱਕ 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 ਉਹ ਫਿਰ ਭਰਜਾਈ ਨੇ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੇਹੜੀ ਜਾਂ ਕੋਈ ਟਰਾਲੀ ਕੋਈ ਗੱਡਾ ਵਗੈਰਾ ਟੱਕਰ ਗਿਆ ਹੋਣਾ ਸੌਦਾ ਵਗੈਰਾ ਖਰੀਦ ਕੇ ਉਹਦੇ 'ਚ ਰੱਖ ਦਿੱਤਾ ਹੋਊਗਾ ਆਪ ਮੌਜ ਨਾਲ ਤੁਰਿਆ ਆਉਂਦਾ ਪਰ ਜ਼ਰਾ ਕੁ ਨੇੜੇ ਆਇਆ ਲਟਕਿਆ ਜਾਂ ਮੂੰਹ ਦੇਖ ਕੇ ਭਰਜਾਈ ਸਮਝ ਗਈ ਵੀ ਮੌਜ ਵਾਲੀ ਚਾਲ ਨਹੀਂ ਹੈ ਕੋਈ ਭਾਣਾ ਵਰਤਿਆ ਹੋਇਆ ਜ਼ਰੂਰ ਕਿਸੇ ਸ਼ਹਿਰੀ ਦਾ ਹੱਥ ਫਿਰ ਗਿਆ ਉਹਦੇ 'ਤੇ ਗੁੱਸਾ ਭਰਜਾਈ ਨੂੰ ਵੀ ਬੜਾ ਸੀ ਉਹਨੇ ਸਾਗ ਸੂਗ ਵਿੱਚ ਹੀ ਛੱਡਿਆ ਡੰਡੀ ਡੰਡੀ ਹੋਲੀ ਉਹਦੇ ਆਉਣ ਤੋਂ ਪਹਿਲਾਂ ਘਰ ਜਾ ਪਹੁੰਚੀ ਹੁਣ ਜਦੋਂ ਉਹ ਆਇਆ ਨਾ ਉਹਨੂੰ ਬੈਠਣ ਦਿੱਤਾ ਨਾ ਪਾਣੀ ਤਾਣੀ ਪੀਣ ਦਿੱਤਾ ਮੁੜਕਾ ਤੱਕ ਨਹੀਂ ਪੁੰਜਣ ਦਿੱਤਾ ਉਹ ਤੋਂ ਹਿਸਾਬ ਮੰਗਣ ਲੱਗ ਗਈ ਕਹਿੰਦੀ ਤੂੰ 100 ਰੁਪਇਆ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਨਾਲ ਤਾਂ ਚੀਜ਼ ਦੇ ਨਾਲੇ ਬਕਾਇਆ ਦੇ ਦੇ ਮੈਂ ਤੇਰੇ ਬਾਈ ਜੀ ਨੂੰ ਹਿਸਾਬ ਦੇਣਾ ਦੋਸਤੋ ਭਰਜਾਈ ਸਿਆਣੀ ਹੈ ਚਲਾਕ ਹੈ ਚੁਸਤ ਹੈ ਪੜ੍ਹੀ ਲਿਖੀ ਹੈ ਉਹ 100 ਰੁਪਏ ਦਾ ਹਿਸਾਬ ਮੰਗਦੀ ਹੈ ਤੇ ਉਹ ਵਿਚਾਰਾ ਮੇਰੇ ਵਰਗਾ ਲੱਲੂ ਪ੍ਰਸ਼ਾਦ ਉਹ ਪਹਿਲੀ ਵਾਰੀ ਸ਼ਹਿਰ ਗਿਆ ਸੀਗਾ ਖਿੱਚ ਤੂੰ ਗਿਆ ਹਿਸਾਬ ਪੂਰਾ ਕਰਦਾ ਤੇਰਾ ਗੌਰ ਨਾਲ ਸੁਣਨਾ ਹੈ ਦਿੱਤਾ ਤੈਨੂੰ ਵੇ ਖਾਲੀ ਕਾਦੋ
दसा हड बीती उल्टा कजिया पै गया नी की दसा हड बीती उल्टा कजिया पै गया नी मैं ता अपना चुगा चौड़ करा के बह गया नी ओ मैं ता अपना चुगा चौड़ करा के बह गया नी एक कुड़ी दे पीछे लग के होश गवा बैठा एक कुड़ी दे पीछे लग के होश गवा बैठा दही पले के पापी फुट नर में देखा बैठा दही पले के पापी फुट नर में देखा बैठा ठगनी तेरे पीछे पै जीवे केड़े जातू नालो तेनु कील के बह जीवे सारी गल तू मैनू तू करवा दे जानू वे वाक भी कट के तेरी होगी सियाणू वे किवे वाक भी कट के तेरी होगी सियाणू वे इको सीट ते बैठे ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਹੋਰ ਭਲਾ ਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਹੋਰ ਭਲਾ ਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਮੈਂ ਕੁਣੀ ਜਿਹੀ ਮਾਰੀ ਮੈਂ ਕੁਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਕੁਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਫਿਰ ਇੰਨੇ ਵਿੱਚ ਮੈਂ ਹੁੱਬ ਕੇ ਉਹਦਾ ਟਿਕ ਟਿਕ ਕਟਾ ਮੈਂ ਕੁਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਇੰਨੇ ਵਿੱਚ ਮੈਂ ਹੁੱਬ ਕੇ ਉਹਦਾ ਟਿਕਟ ਕਟਾ ਦਿੱਤਾ ਮੰਨ ਲੈਨੀ ਆ ਤੇਰੀ ਜੇ ਦੋ ਟਿਕਟਾਂ ਲਈਏ ਵੇ ਇੱਥੋਂ ਸ਼ਹਿਰ ਤੱਕ ਲੱਗਦੇ ਨੇ ਕੁੱਲ 10 ਰੁਪਏ ਵੇ ਤੂੰ ਬਾਕੀ ਕਿੱਥੇ ਖਰਚੇ ਜਾ ਕੇ ਸੱਜੇ ਖੱਬੇ ਵੇ 600 ਚੋਂ 10 ਕੱਢ ਗਏ ਮੈਂ ਉਹਨੂੰ ਕਹਿ ਬੈਠਾ ਆ ਕੋਈ ਸੇਵਾ ਕਰੀਏ ਨਾ ਸੇਵਾ ਬੱਸ ਵਿੱਚ ਕਰਨੀ ਸੀ ਹੋਰ ਕਿੱਥੇ ਜਾਂਦਾ ਫਿਰ ਮੈਂ ਉਹਨੂੰ ਕਹਿ ਬੈਠਾ ਆ ਕੋਈ ਸੇਵਾ ਕਰੀਏ ਨੀ ਬਸ ਤੋਂ ਥੱਲੇ ਉਤਰ ਆਈ ਉਹ ਮੇਰੇ ਜਰੀਏ ਨੀ ਬਸ ਤੋਂ ਥੱਲੇ ਉਤਰ ਆਈ ਉਹ ਮੇਰੇ ਜਰੀਏ ਨੀ ਅੱਖ ਬਚਾ ਕੇ ਹੋਟਲ ਵਿੱਚ ਬੈਠੇ ਓਲੇ ਸੀ ਅੱਖ ਬਚਾ ਕੇ ਹੋਟਲ ਵਿੱਚ ਜਾ ਬੈਠੇ ਓਲੇ ਸੀ ਭਾਬੀ ਬੀਹਾਂ ਦਾ ਬਿੱਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਬੀਹਾਂ ਦਾ ਬਿੱਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਚੁੱਪ ਕਾਸ ਤੋਂ ਹੋ ਗਿਆ ਦੱਬੀ ਚੱਲ ਕਹਾਣੀ ਤੋਂ ਮੈਨੂੰ ਦਿਓਰਾ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਜੋ ਕੁਛ ਕੀਤਾ ਉਹਨੇ ਕੀਤਾ ਰੱਬ ਦੀ ਮੈਂ ਤਾਂ ਕੁਛ ਵੀ ਨਹੀਂ ਕੀਤਾ ਕੀਤੇ ਪੰਜਾਂ ਦਾ ਲੈ ਲਿਆ ਉਹਨੇ ਸੁਰਕੀ ਪਾਊਡਰ ਨੀ ਬਾਕੀ ਕੱਲ ਲੱਗਣਾ ਤੂੰ ਐਵੇਂ ਕਿਉਂ ਘਬਰਾਉਣੀ ਏ ਬਾਕੀ ਕੱਲ ਲੱਗਣਾ ਤੂੰ ਐਵੇਂ ਕਿਉਂ ਘਬਰਾਉਣੀ ਏ ਜਾਣ ਵੀ ਦੇ ਹੁਣ ਪਾਪੀ ਆ ਤੋ ਰੌਲਾ ਪਾਉਣੀ ਏ ਜਾਣ ਵੀ ਦੇ ਹੁਣ ਪਾਪੀ ਜੀ ਆ ਤੋ ਰੌਲਾ ਪਾਉਣੀ ਏ ਅੱਜ ਵਾਲਾ ਕੰਮ ਕੱਲ ਤੇ ਨਹੀਂ ਛੱਡਣਾ ਚਾਹੀਦਾ
सिनमे जाना ना उमन्नी टालिया नी कहिंदी सिनमे जाना ना उमन्नी टालिया नी पच्ची लै लै बिच बलै कदे टिकटा वालिया नी पूरे पच्ची लै लै बिच बलै कदे टिकटा वालिया नी खत्म होई जद ओ खत्म होई जद की खत्म होई ओ जड़ी देखन गए सीगे ओहो की देखन गए मैनू कहंदी ना मैनू कहंदी पता भाभी पहला मैनू की कहंदी सी पहला मैनू कहंदी पहला मैनू कहंदी ना पहला कहंदी पता पहला मैनू की कहंदी सी पहला मैनू कहंदी ना पहला मेरे नेड़े बैठ के पहला मेरे मैं मेरे कोल बैठ के मैनू पहला कहंदी पहला पता पहला मैनू की कहंदी सी पहला मैनू कहंदी पहला कहंदी कान नेड़े नू करी फिर पता मेरे कान विच पहला मैनू की कहंदी सी फिर पहला मैनू कहंदी पता की कहंदी सी पहला मैनू कहंदी कहंदी पहला कहंदी आ तैनू जूणे मोड़ वाला चतरा दिखा के लिया खत्म होई जद पिचकर दोवें बाहर आ गए सी खत्म होई जद पिचकर दोवें बाहर आ गए सी दसा रुपया दी फिर चाल नाल भर दी खत्म होई जद पिचकर दोवें बाहर आ गए सी भाभी खत्म होई जद पिचकर दोवें बाहर आ गए सी दसा रुपया दी फिर चाल नाल भर दी खा गए सी सोचिया होने जोरा तू अज मुर्गी लब्बी वे सोचिया होने है ना तू ना करता करकी करती बल्ले बल्ले वे दस पला की ज्योरा तेरे पागी बल्ले वे दस पला की ज्योरा तेरे पागी बल्ले वे बल्ले की पौना सी मगरों कल्या छोड़ गई परी भीड़ विच पता नहीं कित्थे पत्ते तोड़ गए परी भीड़ विच पता नहीं कित्थे पत्ते तोड़ गई खाकी नंग बना गई ना कुछ रिहा बकाया नी खाकी नंग बना गई ना कुछ रिहा बकाया नी धरती कर तेरा जोर पापी पैदल आया नी धरती कर तेरा जोर पापी पैदल आया नी बहुत बहुत मेहरबानी बहुत बहुत शुक्रिया सेवा कर दिया कोई गलती होगी होवे ओदे वास्ते माफी चाहुंदे आ बहुत बहुत धन्यवाद